ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਇਹ ਜਿਹੜੀ ਵੀਡੀਓ ਕਰੋਸ਼ੀਆ ਨਾਲ ਰਿਲੇਟਡ ਆ, ਮੈਂ ਪਹਿਲਾਂ ਵੀਡੀਓ ਪਾਈ ਸੀ ਨਾ ਕਰੋਸ਼ੀਆ ਨਾਲ ਰਿਲੇਟਡ, ਵੈਸੇ ਨਾਲ ਰਿਲੇਟਡ ਕਿ ਅਪੁਆਇੰਟਮੈਂਟਾਂ ਵਗੈਰਾ ਨਹੀਂ ਮਿਲਦੀਆਂ, ਤਾਂ ਜੇ ਪਹਿਲੇ ਵੀਜ਼ੇ ਜਿਹੜੇ ਉਹੀ ਲੱਗ ਰਹੇ ਆ, ਅਤੇ ਅੰਬੈਸੀ ਦਾ ਜਿਹੜਾ ਨਵਾਂ ਪ੍ਰੋਸੈਸ ਉਹ ਨਹੀਂ ਚੱਲਦਾ ਪਿਆ, ਅਪੁਆਇੰਟਮੈਂਟਾਂ ਨਵੀਆਂ ਹਜੇ ਨਹੀਂ ਮਿਲਦੀਆਂ ਪਈਆਂ ਕਰੋਸ਼ੀਆ ਵਾਸਤੇ। ਪਹਿਲੇ ਜਿਹੜੇ ਵੀਜ਼ੇ ਆ ਉਹਨਾਂ ਦਾ ਹੀ ਕੰਮ ਚੱਲਦਾ ਪਿਆ ਵਾ, ਨਵੀਆਂ ਅਪੁਆਇੰਟਮੈਂਟਾਂ ਨਹੀਂ ਮਿਲਦੀਆਂ। ਅਤੇ ਪਲੀਜ਼ ਟਰਾਈ ਵੀ ਨਾ ਕਰਿਓ, ਹਜੇ ਟਾਈਮ ਲੱਗ ਜਾਣਾ ਵਾ। ਬਟ ਕਿੰਨਾ ਟਾਈਮ ਲੱਗਣਾ ਹਜੇ ਕੋਈ ਕਨਫਰਮ ਨਹੀਂ ਆ, ਅਤੇ ਜਿੱਦਾਂ ਹੀ ਕੋਈ ਅਪਡੇਟ ਆਊਗੀ ਤਾਂ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦੂੰਗਾ ਵੀਡੀਓ ਬਣਾ ਕੇ। ਅਤੇ ਜੇ ਫਿਰ ਵੀ ਕਿਸੇ ਨੂੰ ਕੋਈ ਡਾਊਟ ਆ ਤਾਂ ਤੁਸੀਂ ਅੰਬੈਸੀ 'ਚ ਕਾਲ ਕਰ ਸਕਦੇ ਆ, ਅਤੇ ਉਹਨਾਂ ਨੂੰ ਪੁੱਛ ਸਕਦੇ ਆ। ਬਟ ਅੰਬੈਸੀਆਂ ਵੀ ਬਹੁਤ ਘੱਟ ਕਾਲ ਦਾ ਜਵਾਬ ਦਿੰਦੀਆਂ ਵਾ, ਤਕਰੀਬਨ ਕਾਲਾਂ ਦਾ ਜਵਾਬ ਜਿਹੜਾ ਨਹੀਂ ਦਿੰਦੀਆਂ ਪਈਆਂ। ਅਤੇ ਉਹਦਾ ਇਹੀ ਕਾਰਨ ਆ, ਕਿਉਂਕਿ ਉਹ ਜਿਹੜੇ ਪਹਿਲੇ ਵੀਜ਼ੇ ਆ ਉਹਨਾਂ 'ਤੇ ਕੰਮ ਚੱਲਦਾ ਪਿਆ ਵਾ। ਤਕਰੀਬਨ 20,000 ਜਿਹੜੀਆਂ ਫਾਈਲਾਂ ਮੈਂ ਤੁਹਾਨੂੰ ਦੱਸਿਆ ਸੀਗੀਆਂ ਕਿ ਪੈਂਡਿੰਗ ਪਈਆਂ ਉਹਨਾਂ ਦੀਆਂ, ਤਾਂ ਜੇ ਉਹਨਾਂ 'ਤੇ ਹੀ ਕੰਮ ਚੱਲਦਾ ਪਿਆ ਵਾ, ਨਵੀਆਂ ਅਪੁਆਇੰਟਮੈਂਟਾਂ ਹਜੇ ਨਹੀਂ ਮਿਲਦੀਆਂ। ਕਰੋਸ਼ੀਆ ਪਹਿਲੇ ਸਬਮਿਟ ਹੋਏ ਆ ਵੀਜ਼ੇ, ਪਾਸਪੋਰਟ ਜਿਹੜੇ ਸਬਮਿਟ ਹੋਏ ਆ ਵੀਜ਼ਿਆਂ ਵਾਸਤੇ, ਵਰਕ ਪਰਮਿਟ ਜਾਂ ਟੂਰਿਸਟ ਵੀਜ਼ਿਆਂ ਵਾਸਤੇ, ਉਹਨਾਂ ਦੇ ਰਿਜ਼ਲਟ ਆ ਰਹੇ ਆ। ਵਰਕ ਪਰਮਿਟ ਜਿਨ੍ਹਾਂ ਦੇ ਲੱਗ ਰਹੇ ਉਹਨਾਂ ਨੂੰ ਪਾਸਪੋਰਟ ਵੀ ਮਿਲ ਰਿਹਾ, ਨਵੀਆਂ ਫਾਈਲਾਂ ਨਹੀਂ ਸਬਮਿਟ ਹੋ ਰਹੀਆਂ। ਮੈਂ ਤੁਹਾਨੂੰ ਫਿਰ ਦੱਸ ਰਿਹਾ ਕਿ ਜਿਹੜੀਆਂ ਨਵੀਆਂ ਫਾਈਲਾਂ ਉਹ ਨਹੀਂ ਸਬਮਿਟ ਹੋ ਰਹੀਆਂ, ਪਹਿਲੇ ਜਿਹੜੇ ਆ ਉਹ ਉਹਨਾਂ ਦੇ ਰਿਜ਼ਲਟ ਜਿਹੜੇ ਆ ਰਹੇ ਆ ਉਹਨਾਂ ਬਾਰੇ ਸਾਰਾ ਦੱਸ ਰਹੇ ਆ। ਸੋ ਇਹ ਸੀਗੀ ਛੋਟੀ ਜਿਹੀ ਵੀਡੀਓ, ਮੈਂ ਕਿਹਾ ਵੀ ਚਲੋ ਕਰੋਸ਼ੀਆ ਵੈਸੇ ਦੀ ਜਿਹੜੀ ਨਵੀਂ ਅਪਡੇਟ ਆਈ ਆ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਵਿੱਚ ਦੱਸ ਦਿਆਂ ਜਿਹੜੀ ਹੁਣ ਨਵੀਂ ਅਪਡੇਟ ਆ। ਸੋ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸੋ ਧੰਨਵਾਦ ਜੀ ਸਾਰਿਆਂ ਦਾ, ਥੈਂਕ ਯੂ।